ਸਤਿ ਸ਼੍ਰੀ ਅਕਾਲ ਜੀ ਹੁਣ ਤੱਕ ਦੀ ਬਹੁਤ ਵੱਡੀ ਖਬਰ ਆ ਰਹੀ ਆ ਇੰਡੀਆ ਤੋਂ ਇੱਕ ਪਲੇਨ ਬੋਇੰਗ 737 ਜਿਹਨੇ ਦੁਬਈ ਇੰਟਰਨੈਸ਼ਨਲ ਤੋਂ ਉਡਾਨ ਭਰੀ ਸੀ ਤਾਂ ਉਹਨੇ ਲੈਂਡ ਹੋਣਾ ਸੀਗਾ ਕੇਰਲਾ ਦੇ ਕੈਲੀਕਟ ਇੰਟਰਨੈਸ਼ਨਲ ਏਅਰਪੋਰਟ ਤੇ ਪਰ ਮੌਸਮ ਦੀ ਖਰਾਬੀ ਕਰਕੇ ਜਦੋਂ ਉਹਨਾਂ ਨੇ ਲੈਂਡ ਨਹੀਂ ਕੀਤਾ ਪਰ ਜਦੋਂ ਸੈਕਿੰਡ ਟਾਈਮ ਟਰਾਈ ਕਰਨ ਲੱਗੇ ਲੈਂਡ ਕਰਨ ਦੀ ਤੇ ਜਹਾਜ਼ ਸਕਿੱਡ ਹੋ ਗਿਆ ਜਹਾਜ਼ ਦੇ ਦੋ ਟੁੱਟੇ ਹੋਏ ਜਹਾਜ਼ ਦੇ ਵਿੱਚ 190 ਜਣੇ ਮੌਜੂਦ ਸਨ ਜਿਹਦੇ ਵਿੱਚ 6 ਕਰੂ ਮੈਂਬਰ ਤੇ 184 ਪੈਸੰਜਰ ਸੀਗੇ ਦੋ ਪਾਇਲਟ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ ਬਹੁਤ ਦੁਖਦਾਇਕ ਘਟਨਾ ਪਰ ਤੁਹਾਡੀ ਜਾਣਕਾਰੀ ਲਈ ਇੱਕ ਚੀਜ਼ ਹੋਰ ਦੱਸ ਦਵਾਂ ਸਿਰਫ ਦੋ ਕੰਪਨੀਆਂ ਜਿਹੜੀਆਂ ਪਲੇਨ ਬਣਾਉਂਦੀਆਂ ਦੁਨੀਆ ਦੇ ਵਿੱਚ ਇੱਕ ਬੋਇੰਗ ਤੇ ਇੱਕ ਏਅਰਬੱਸ ਮੋਸਟਲੀ ਹਾਦਸੇ ਜਿਹੜੇ ਬੋਇੰਗ ਦੇ ਨਾਲ ਹੁੰਦੇ ਆ ਤੇ ਲਾਸਟ ਟਾਈਮ ਜਿਹੜਾ ਹਾਦਸਾ ਹੋਇਆ ਸੀਗਾ ਪਾਕਿਸਤਾਨ ਦੇ ਵਿੱਚ ਉਹ ਏਅਰਬੱਸ ਸੀਗੀ ਫੋਰ ਮੋਰ ਅਪਡੇਟ ਪਲੀਜ਼ ਫੋਲੋ ਮੀ।